ਪਟਿਆਲਾ ਦੀ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦੇ ਵਿੱਚ ਕੱਲ੍ਹ ਤੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ। ਵਾਈਸ ਚਾਂਸਲਰ ਦੇ ਵਤੀਰੇ ਨੂੰ ਲੈ ਕੇ ਜਿਹਾ ਕਿ ਵਿਦਿਆਰਥੀਆਂ ਦੇ ਵੱਲੋਂ ਕਿਹਾ ਗਿਆ, ਇਹ ਹੜਤਾਲ ਕੀਤੀ ਗਈ ਹੈ। ਮੈਂ ਇਸ ਵੇਲੇ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦੇ ਅੱਗੇ ਮੌਜੂਦ ਹਾਂ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਿਕਿਉਰਿਟੀ ਦੇ ਵੱਲੋਂ ਜਿਹੜੇ ਮੇਨ ਗੇਟ ਨੇ ਉਹਨਾਂ ਨੂੰ ਬੰਦ ਕੀਤਾ ਗਿਆ, ਅਤੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਜੇਕਰ ਕੋਈ ਅਧਿਆਪਕ ਹੈ, ਕੋਈ ਸਟੂਡੈਂਟ ਹੈ ਜਾਂ ਪਰਿਵਾਰਕ ਮੈਂਬਰ ਹੈ, ਉਸ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਪਰ ਮੀਡੀਆ ਜਾਂ ਆਮ ਲੋਕਾਂ ਦੀ ਐਂਟਰੀ ਬੰਦ ਹੈ। ਅਤੇ ਜਿਹੜਾ ਪ੍ਰੋਟੈਸਟ ਹੈ ਉਹ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੇ ਘਰ ਦੇ ਅੱਗੇ ਹੋ ਰਿਹਾ। ਵਿਦਿਆਰਥੀਆਂ ਦੀ ਮੰਗ ਹੈ ਕਿ ਵਾਈਸ ਚਾਂਸਲਰ ਅਸਤੀਫਾ ਦੇਣ, ਪਰ ਦੂਜੇ ਪਾਸੇ ਜਿਹੜੇ ਵਾਈਸ ਚਾਂਸਲਰ ਨੇ ਜਾਂ ਜਿਹੜਾ ਯੂਨੀਵਰਸਿਟੀ ਪ੍ਰਬੰਧਨ ਹੈ ਉਹਦੇ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ। ਦੱਸ ਦਈਏ ਕਿ 12 ਘੰਟੇ ਤੋਂ ਉੱਪਰ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਹੈ। ਦੇਰ ਰਾਤ ਤੱਕ ਜਿਹੜੇ ਵਿਦਿਆਰਥੀ ਨੇ ਉਹ ਵਾਈਸ ਚਾਂਸਲਰ ਦੇ ਨਿਵਾਸ ਦੇ ਅੱਗੇ ਡਟੇ ਰਹੇ, ਅਤੇ ਹੁਣ ਵੀ ਜਿਹੜੀ ਸਿਕਿਉਰਿਟੀ ਹੈ, ਸਿਕਿਉਰਿਟੀ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਰ ਗੱਡੀ ਦੀ, ਕਿ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਅੰਦਰ ਨਾ ਜਾ ਸਕੇ, ਜਿਸ ਦੀ ਕੋਈ ਪਛਾਣ ਨਹੀਂ ਹੈਗੀ ਜਾਂ ਮੀਡੀਆ ਹੈਗਾ ਇਸ ਕਰਕੇ। ਦੂਜੇ ਪਾਸੇ ਜਿਹੜੀ ਜਾਣਕਾਰੀ ਮਿਲੀ ਇਹੀ ਹੈ ਕਿ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੇ ਵੱਲੋਂ ਜਿਹੜੇ ਅਧਿਆਪਨ ਵਿਸ਼ੇ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨਾਲ ਅਤੇ ਦੂਜੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਸੱਦੀ ਗਈ ਹੈ। 10 ਵਜੇ ਦੇ ਕਰੀਬ ਉਸ ਮੀਟਿੰਗ ਦਾ ਸਮਾਂ ਦਿੱਤਾ ਗਿਆ ਕਿ ਉਹਦੇ ਵਿੱਚ ਇਸ ਮੁੱਦੇ ਦੇ ਉੱਪਰ ਵਿਚਾਰ ਕੀਤਾ ਜਾਊਗਾ। ਸੋ ਫਿਲਹਾਲ ਜਿਹੜੇ ਵਿਦਿਆਰਥੀ ਨੇ ਉਹ ਇਸੇ ਮੰਗ ਦੇ ਉੱਪਰ ਅੜੇ ਹੋਏ ਨੇ ਕਿ ਵਾਈਸ ਚਾਂਸਲਰ ਉਹਨਾਂ ਦੇ ਹੋਸਟਲ ਵਿੱਚ ਬਿਨਾਂ ਕਿਸੇ ਵੀ ਸੂਚਨਾ ਦੇ ਚਲੇ ਗਏ, ਜਿਹੜੀ ਕਿ ਮਾੜੀ ਗੱਲ ਹੈ। ਅਤੇ ਦੂਜੇ ਪਾਸੇ ਵਾਈਸ ਚਾਂਸਲਰ ਇਸ ਮੁੱਦੇ 'ਤੇ ਕੋਈ ਵੀ ਬਿਆਨ ਜਾਰੀ ਨਹੀਂ ਕਰ ਰਹੀ। ਸੋ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ, ਪ੍ਰੋਟੈਸਟ ਚੱਲ ਰਿਹਾ, ਅਤੇ ਜਿਹੜੀ ਇਹ ਪੂਰੀ ਘਟਨਾ ਹੈਗੀ ਹੈ ਉਹਦਾ ਜਿਹੜਾ ਰੇੜਕਾ ਹੈਗਾ ਲਗਾਤਾਰ ਜਾਰੀ ਹੈ, ਅਤੇ ਜਿਸ ਨੂੰ ਲੈ ਕੇ ਅੱਜ 10 ਵਜੇ ਤੋਂ ਬਾਅਦ ਕੋਈ ਹੱਲ ਨਿਕਲ ਸਕਦਾ। ਪਰ ਜਿਹੜੇ ਵਿਦਿਆਰਥੀਆਂ ਨਾਲ ਸਾਡੀ ਗੱਲ ਹੋਈ ਹੈ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਸਾਡਾ ਜਿਹੜਾ ਪ੍ਰੋਟੈਸਟ ਹੈ ਉਨਾ ਸਮਾਂ ਜਾਰੀ ਰਹੂਗਾ ਜਦੋਂ ਤੱਕ ਸਾਡੀ ਮੰਗ ਨੂੰ ਨਹੀਂ ਮੰਨਿਆ ਜਾਂਦਾ। ਪਟਿਆਲਾ ਦੀ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦੇ ਵਿੱਚ ਕੱਲ੍ਹ ਤੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ। ਵਾਈਸ ਚਾਂਸਲਰ ਦੇ ਵਤੀਰੇ ਨੂੰ ਲੈ ਕੇ ਜਿਹਾ ਕਿ ਵਿਦਿਆਰਥੀਆਂ ਦੇ ਵੱਲੋਂ ਕਿਹਾ ਗਿਆ, ਇਹ ਹੜਤਾਲ ਕੀਤੀ ਗਈ ਹੈ। ਮੈਂ ਇਸ ਵੇਲੇ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦੇ ਅੱਗੇ ਮੌਜੂਦ ਹਾਂ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਿਕਿਉਰਿਟੀ ਦੇ ਵੱਲੋਂ ਜਿਹੜੇ ਮੇਨ ਗੇਟ ਨੇ ਉਹਨਾਂ ਨੂੰ ਬੰਦ ਕੀਤਾ ਗਿਆ, ਅਤੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਜੇਕਰ ਕੋਈ ਅਧਿਆਪਕ ਹੈ, ਕੋਈ ਸਟੂਡੈਂਟ ਹੈ ਜਾਂ ਪਰਿਵਾਰਕ ਮੈਂਬਰ ਹੈ, ਉਸ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪਰ ਮੀਡੀਆ ਜਾਂ ਆਮ ਲੋਕਾਂ ਦੀ ਐਂਟਰੀ ਬੰਦ ਹੈ। ਅਤੇ ਜਿਹੜਾ ਪ੍ਰੋਟੈਸਟ ਹੈ ਉਹ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੇ ਘਰ ਦੇ ਅੱਗੇ ਹੋ ਰਿਹਾ। ਵਿਦਿਆਰਥੀਆਂ ਦੀ ਮੰਗ ਹੈ ਕਿ ਵਾਈਸ ਚਾਂਸਲਰ ਅਸਤੀਫਾ ਦੇਣ, ਪਰ ਦੂਜੇ ਪਾਸੇ ਜਿਹੜੇ ਵਾਈਸ ਚਾਂਸਲਰ ਨੇ ਜਾਂ ਜਿਹੜਾ ਯੂਨੀਵਰਸਿਟੀ ਪ੍ਰਬੰਧਨ ਹੈ ਉਹਦੇ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ। ਦੱਸ ਦਈਏ ਕਿ 12 ਘੰਟੇ ਤੋਂ ਉੱਪਰ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਹੈ। ਦੇਰ ਰਾਤ ਤੱਕ ਜਿਹੜੇ ਵਿਦਿਆਰਥੀ ਨੇ ਉਹ ਵਾਈਸ ਚਾਂਸਲਰ ਦੇ ਨਿਵਾਸ ਦੇ ਅੱਗੇ ਡਟੇ ਰਹੇ, ਅਤੇ ਹੁਣ ਵੀ ਜਿਹੜੀ ਸਿਕਿਉਰਿਟੀ ਹੈ, ਸਿਕਿਉਰਿਟੀ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਰ ਗੱਡੀ ਦੀ, ਕਿ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਅੰਦਰ ਨਾ ਜਾ ਸਕੇ, ਜਿਸ ਦੀ ਕੋਈ ਪਛਾਣ ਨਹੀਂ ਹੈਗੀ ਜਾਂ ਮੀਡੀਆ ਹੈਗਾ ਇਸ ਕਰਕੇ। ਦੂਜੇ ਪਾਸੇ ਜਿਹੜੀ ਜਾਣਕਾਰੀ ਮਿਲੀ ਇਹੀ ਹੈ ਕਿ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੇ ਵੱਲੋਂ ਜਿਹੜੇ ਅਧਿਆਪਨ ਵਿਸ਼ੇ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨਾਲ ਅਤੇ ਦੂਜੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਸੱਦੀ ਗਈ ਹੈ। 10 ਵਜੇ ਦੇ ਕਰੀਬ ਉਸ ਮੀਟਿੰਗ ਦਾ ਸਮਾਂ ਦਿੱਤਾ ਗਿਆ ਕਿ ਉਹਦੇ ਵਿੱਚ ਇਸ ਮੁੱਦੇ ਦੇ ਉੱਪਰ ਵਿਚਾਰ ਕੀਤਾ ਜਾਊਗਾ। ਸੋ ਫਿਲਹਾਲ ਜਿਹੜੇ ਵਿਦਿਆਰਥੀ ਨੇ ਉਹ ਇਸੇ ਮੰਗ ਦੇ ਉੱਪਰ ਅੜੇ ਹੋਏ ਨੇ ਕਿ ਵਾਈਸ ਚਾਂਸਲਰ ਉਹਨਾਂ ਦੇ ਹੋਸਟਲ ਵਿੱਚ ਬਿਨਾਂ
ਕਿਸੇ ਵੀ ਸੂਚਨਾ ਦੇ ਚਲੇ ਗਏ, ਜਿਹੜੀ ਕਿ ਮਾੜੀ ਗੱਲ ਹੈ। ਅਤੇ ਦੂਜੇ ਪਾਸੇ ਵਾਈਸ ਚਾਂਸਲਰ ਇਸ ਮੁੱਦੇ 'ਤੇ ਕੋਈ ਵੀ ਬਿਆਨ ਜਾਰੀ ਨਹੀਂ ਕਰ ਰਹੀ। ਸੋ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ, ਪ੍ਰੋਟੈਸਟ ਚੱਲ ਰਿਹਾ। ਅਤੇ ਜਿਹੜੀ ਇਹ ਪੂਰੀ ਘਟਨਾ ਹੈਗੀ ਹੈ ਉਹਦਾ ਜਿਹੜਾ ਰੇੜਕਾ ਹੈਗਾ ਲਗਾਤਾਰ ਜਾਰੀ ਹੈ, ਅਤੇ ਜਿਸ ਨੂੰ ਲੈ ਕੇ ਅੱਜ 10 ਵਜੇ ਤੋਂ ਬਾਅਦ ਕੋਈ ਹੱਲ ਨਿਕਲ ਸਕਦਾ। ਪਰ ਜਿਹੜੇ ਵਿਦਿਆਰਥੀਆਂ ਨਾਲ ਸਾਡੀ ਗੱਲ ਹੋਈ ਹੈ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਸਾਡਾ ਜਿਹੜਾ ਪ੍ਰੋਟੈਸਟ ਹੈ ਉਹਨਾਂ ਸਮਾਂ ਜਾਰੀ ਰਹੂਗਾ ਜਦੋਂ ਤੱਕ ਸਾਡੀ ਮੰਗ ਨੂੰ ਨਹੀਂ ਮੰਨਿਆ ਜਾਂਦਾ।